लेटेस्ट अपडेट्स के लिए अल्ट्रा चैनल्स को सब्सक्राइब करें और बेल आइकन को प्रेस करें। ਭੈਣ ਜੀ ਮੈਨੂੰ ਨਾ ਇਹ ਮੇਡ ਨਾ ਮੇਰੀ ਬਿਲਕੁਲ ਐਮ ਬੀ ਏ ਵਰਗੀ ਵਾਈਬਸ ਦਿੰਦੀ ਹੈ। ਮੈਂ ਨਾ ਤੁਹਾਨੂੰ ਬਾਅਦ 'ਚ ਫੋਨ ਕਰਨੀ ਆ। ਹਾਂ ਹਾਂ ਦੱਸਾਂਗੀ। ਸ਼ਾਂਤੀ ਸ਼ਾਂਤੀ, ਹੁਣ ਇਹ ਕੀ ਬਣਾਇਆ ਤੂੰ? ਕਿਆ ਹੈ ਆਂਟੀ, ਇਤਨਾ ਸਕਾੜੀ ਸਕਾੜੀ ਤੁਮ ਚਿੱਲਮ ਚਿੱਲੀ ਕਾਈ ਕੋ ਕਰਤੀ ਹੈ? ਤੁਮਾਰੀ ਉਮਰ ਕੇ ਅੰਦਰ ਭਜਨ ਕੀਰਤਨ ਸੁਣਨੇ ਕਾ ਤੁਮਕੋ ਵੀ ਚੈਨ ਮਿਲੇਗਾ ਔਰ ਮੇਰੇ ਕੋ ਵੀ। ਲਗਾ ਕੇ ਦੂੰ ਕਿਆ? ਤੂੰ ਗੱਲ ਕਿਵੇਂ ਕਰਨੀ ਪਈ ਆ ਮੇਰੇ ਨਾਲ? ਤੂੰ ਮੇਰੇ ਘਰ 'ਚ ਕੰਮ ਕਰਨੀ ਆ ਜਾਂ ਮੈਂ ਤੇਰੇ ਘਰ 'ਚ ਕੰਮ ਕਰਨੀ ਆ? ਨਾਲੇ ਇੱਕੇ ਸੁੱਕੇ ਚਾਵਲ ਦੇ ਦਾਣੇ ਬਣਾਏ ਨੇ। ਸ਼ਾਂਤੀ ਇੱਕ ਗੱਲ ਆਪਣੇ ਪੱਲੇ ਬੰਨ ਲੈ, ਭਈਆ ਸੁਬੇ ਪਰੌਠੇ ਖਾਤੇ ਔਰ ਮੈਂ ਪੂੜੀ। ਖਬਰਦਾਰ ਦੁਬਾਰਾ ਕਦੀ ਮੇਰੇ ਨਾਲ ਤੂੰ ਇਹੋ ਜਿਹਾ ਔਖਾ ਬੋਲੀ। ਤੂੰ ਸਮਝ ਆਈ ਹੈ ਆਂਟੀ? ਤੁਮਨੇ ਅਭੀ ਕਿਆ ਬੋਲਾ, ਮੇਰੇ ਕੋ ਇੱਕ ਟਕਾ ਨਹੀਂ ਸਮਝ ਆਇਆ। ਔਰ ਐਸੇ ਕੈਸੇ ਤੁਮਕੋ ਮੇਰੇ ਹੱਥ ਕਾ ਕਾਂਦੇ ਪੋਹੀ ਨਹੀਂ ਪਸੰਦ ਆਇਆ? ਵੋ ਦੇਖੋ ਭਾਊ ਕਿਤਨੇ ਮਜ਼ੇ ਸੇ ਖਾ ਰਹਾ ਹੈ। ਭਾਊ ਅੱਛਾ ਲਗਾ ਨਾ? ਆਣਕਿਨ ਪਾਈ ਜੇ ਇਹ ਦੇਖੋ, ਤੇ ਐਮ ਬੀ ਏ ਤੋਂ ਵੀ ਚਾਰ ਕਦਮ ਅੱਗੇ ਹੈਗੀ ਆ ਐਮ ਬੀ ਬੀ ਐਸ। ਮਾਂ ਬਦਤਮੀਜ਼ ਬਾਈ ਹੈ ਸ਼ਾਂਤੀ। ਆਂਟੀ ਇੱਕ ਬਾਤ ਪੁੱਛੂੰ, ਤੁਮਕੋ ਆਪਣੇ ਸੇ ਬਾਤ ਕਰਨੇ ਕਾ ਬਿਮਾਰੀ ਹੈ ਕਿਆ? ਨਹੀਂ ਨਹੀਂ ਅਗਰ ਹੈ ਤੋ ਬਤਾਓ, ਮੈਂ ਡਾਕਟਰ ਕੋ ਬੁਲਾਉਂਗੀ, ਕਿਉਂਕਿ ਤੁਮਾਰੀ ਉਮਰ ਕੇ ਅੰਦਰ ਕਈ ਬੁੱਢੇ ਲੋਗੋ ਕੋ ਐਸਾ ਹੋਤਾ ਮੈਨੇ ਦੇਖਾ ਹੈ। ਬੁੱਢਾ ਕਿਨੂੰ ਕਹਿ ਰਹੀ ਹੈ ਤੂੰ? ਅਈਚਾ ਗਾਵਤ, ਇੱਕ ਤਾਂ ਰਈਕਤ ਨਾ ਹੀ ਆਣੀ ਮਦਈ 'ਚ ਮਿਲਤੀ ਹੈ। ਆਂਟੀ ਮੈਂ ਵੈਸੇ ਕਿਸੀ ਕੋ ਫ੍ਰੀ ਮੇ ਟ੍ਰਾਇਲ ਦੇਤੀ ਨਹੀਂ ਹੈ, ਵੋ ਤਾਂ ਸਾਥ ਮਾਲੇ ਕੇ ਕਿਸ਼ੋਰੀ ਲਾਲ ਅੰਕਲ ਨੇ ਬੋਲਾ ਤੋ ਮੈਂ ਯਹਾਂ ਪਰ ਆਈ। ਮੈਂ ਇਸ ਬਿਲਡਿੰਗ ਕੀ ਟੌਪ ਕੀ ਬਾਈ ਹੈ, ਮੰਜੇ ਬਾਈ ਕੀ ਦੁਨੀਆ ਕੀ ਮੈਂ ਬਾਹੂਬਲੀ ਹੈ। ਵੋ ਬਾਤ ਅਲੱਗ ਹੈ ਕਿ ਮੇਰਾ ਕੰਮ ਕਰਨੇ ਕਾ ਸਟਾਈਲ 'ਚ ਬਿਲਕੁਲ ਅਲੱਗ ਹੈ। ਚਲੋ ਅਬ ਮੈਂ ਤੁਹਾਡਾ ਇੰਟਰਵਿਊ ਲੈ। ਇੰਟਰਵਿਊ ਮੈਂ ਤੇਰਾ ਲਵਾਂਗੀ ਹੈ, ਤੂੰ ਮੇਰਾ ਲਵੇਂਗੀ? ਤੂੰ ਮੈਨੂੰ ਜਾਣਦੀ ਨਹੀਂ ਮੈਂ ਕੌਣ ਹੈਗੀ ਹਾਂ? ਪੰਜਾਬੀ ਬਾਗ ਦੀ ਲੇਡੀਜ਼ ਕਿੱਟੀ ਦੀ ਮੈਂ ਬਾਹੂਬਲੀ ਹੈਗੀ ਹਾਂ। ਇੱਕ ਤਾਂ ਤੂੰ ਹਰ ਵਾਰ ਬੀਤ ਮੈਂ ਬੋਲਤੀ ਹੈ, ਜਬ ਮੈਂ ਬਾਤ ਕਰੀ ਹੂੰ ਪਹਿਲੇ ਮੇਰੇ ਕੋ ਤੋ ਸੁਣ ਲੈ। ਆਂਟੀ ਪਹਿਲੇ ਤੁਮ ਆਪਣਾ ਫੇਸਬੁੱਕ, ਟਵਿੱਟਰ ਔਰ ਇੰਸਟਾਗ੍ਰਾਮ ਮੁਝਕੋ ਦਿਖਾਓ। ਜਿਸਕੇ ਹਜ਼ਾਰ ਫੋਲੋਅਰ ਸੇ ਕਮ ਹੋਤੇ ਹੈ ਮੈਂ ਉਸਕੇ ਘਰ ਮੇ ਕਾਮ ਹੀ ਨਹੀਂ ਕਰਤੀ। ਲੈ ਚੈੱਕ ਕਰ ਲੈ, 86K ਫੋਲੋਅਰ ਨੇ ਮੇਰੇ, ਗਿਣ ਲੈ, ਦੇਖ ਕਿੰਨੀ ਹੰਬਲ ਲੱਗੀ ਹਾਂ ਮੈਂ। ਵੈਰੀ ਗੁੱਡ, ਮੇਰੇ ਵੀ 90K ਫੋਲੋਅਰ ਹੈ। ਬਿਲਡਿੰਗ ਕੀ ਸਾਰੀ ਸੈਲੀਬ੍ਰਿਟੀ ਮੇਰੇ ਸਾਥ ਹੀ ਫੋਟੋ ਵੀ ਖਿਚਵਾਤੀ ਹੈ। ਉਨਕਾ ਕੋਈ ਨਯਾ ਸੀਰੀਅਲ ਆਤਾ ਹੈ ਜਾਂ ਪਿਕਚਰ ਆਤਾ ਹੈ ਮੇਰੇ ਸੇ ਹੀ ਰੀਪੋਸਟ ਕਰਵਾਤੇ ਔਰ ਟਵੀਟ ਵੀ ਕਰਵਾਤੇ ਹੈ। ਕਪਿਲ ਸ਼ਰਮਾ ਸੇ ਜ਼ਿਆਦਾ ਤੋ ਮੈਂ ਲੇਤੀ ਹੈ ਪ੍ਰਮੋਸ਼ਨ ਕਾ ਪੈਸਾ। ਹਾਏ ਮੈਂ ਸਦਕੇ ਜਾਵਾਂ, ਤੂੰ ਮੈਨੂੰ ਬੇਵਕੂਫ ਬਣਾ ਰਹੀ ਹੈ ਮੇਰੇ ਹੀ ਘਰ 'ਚ। ਮੈਂ ਆਪਣੀ ਜ਼ਿੰਦਗੀ 'ਚ 135 ਮਾਈਆਂ ਨੂੰ ਕੱਢ ਚੁੱਕੀ ਹਾਂ, ਤੇ ਬੰਬੇ ਦੀ ਮਾਈਆਂ ਕਿਹੜੀ ਖੇਤ ਦੀ ਮੂਲੀ ਹੈਗੀਆਂ ਨੇ। ਦਿੱਲੀ ਕੇ ਲੋਕ ਤੋ ਹੋਤੇ ਹੀ ਚਾਲੂ ਹੈ, ਪਰ ਮੈਂ ਪੱਕੀ ਮਰਾਠੀ ਮਾਨੁਸ, ਹਰਾ ਬੋਲਤੀ ਹੈ ਆਣੀ ਮਨਾਚੀ ਸਾਂਗਲੀ। ਯਾ ਦੇਖੋ ਸਾਰੀ ਸੈਲੀਬ੍ਰਿਟੀ ਕੇ ਸਾਥ ਮੇਰੀ ਫੋਟੋ ਲਾ ਵਖਾ। ਹਾਏ ਮੈਂ ਮਰ ਗਈ। ਏਕਤਾ ਕਪੂਰ, ਏਕਤਾ ਦੇ ਘਰ ਵੀ ਕੰਮ ਕਰਨੀ ਹੈ ਤੂੰ? ਤੋ ਕਿਆ ਹੈ, ਮਸਤ ਭੁੱਲ ਗਿਆ ਹੈ, ਮੇਰੇ ਕੋਲ ਇੰਸਟਾਗ੍ਰਾਮ 'ਤੇ ਫੋਲੋ ਵੀ ਕਰਦੀ ਹੈ। ਕਹਿੰਦੀ ਮੈਨੂੰ ਤਾਂ ਬਿਲਕੁਲ ਖਾਸ ਨਹੀਂ ਲੱਗਦੀ, ਇੰਨੇ ਭੈੜੇ ਜਿਹੇ ਸ਼ੋਅ ਬਣਾਉਂਦੀ ਹੈ, ਕਦੀ ਕੋਈ ਨਾਗਿਨ ਬਣ ਜਾਂਦੀ ਹੈ, ਕਦੀ ਕੋਈ ਕੁੱਤਾ ਬਣ ਜਾਂਦਾ, ਮੈਂ ਤਾਂ ਦੇਖਦੀ ਨਹੀਂ। ਕਿੰਨੇ ਸਾਲਾਂ ਤੱਕ ਤਾਂ ਮੇਰੇ ਪਿੱਛੇ ਪਈ ਰਹੀ, ਕਹਿੰਦੀ ਆਂਟੀ ਐਕਟਿੰਗ ਕਰ ਲਓ ਮੇਰੇ ਸ਼ੋਅ 'ਚ। ਉਹਦੀ ਮੰਮੀ ਦਾ ਫੋਨ ਆਉਂਦਾ ਸੀ, ਸ਼ੋਭਾ ਮੇਰੀ ਫਰੈਂਡ ਹੈ। ਮੈਂ ਕਿਹਾ ਚਲੋ ਸੋਚਾਂਗੀ ਜੇ ਟਾਈਮ ਮਿਲੇਗਾ ਤਾਂ। ਕਿਸ਼ੋਰੀ ਲਾਲ ਭਰਾ ਜੀ ਆਓ 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 ਜੀ, ਆਇਆਂ ਨੂੰ ਬੈਠੋ ਬੈਠੋ। ਚਾਹ ਸ਼ਾਂਤੀ, ਕਿਸ਼ੋਰੀ ਲਾਲ ਜੀ ਆਏ ਨੇ, ਚਾਹ ਬਣਾ। ਓਹੋ ਕਿਤਨੀ ਵਾਰ ਪੀਏਗੀ, ਅਭੀਸ਼ ਤੋਂ ਪੀ। ਮੈਂ ਦੁਬਾਰਾ ਚਾਹ ਪੀ ਲਾਂਗੀ ਤੇ ਤੇਰੀ ਮਾਂ ਮਰ ਜਾਏਗੀ, ਜਾ ਕੇ ਚਾਹ ਬਣਾ। ਪਹਿਲੇ ਆਂਟੀ ਮੈਂ ਵਾਈਫਾਈ ਦਾ ਪਾਸਵਰਡ ਲੈਗੀ। ਮੈਂ ਸੱਚੀ ਦੱਸਾਂ ਭਰਾ ਜੀ, ਇਹ ਮੇਡ ਤੇ ਮਜਬੂਰੀ ਆਦਮੀ ਕੋਲੋਂ ਕੁਛ ਵੀ ਕਰਾ ਸਕਦੀ ਹੈ। ਟਿੰਮੀ ਇਹਨੂੰ ਜਰਾ ਵਾਈਫਾਈ ਦਾ ਪਾਸਵਰਡ ਦੱਸ। ਮੰਮੀ ਇਰੀਟੇਟ ਮਤ ਕਰੋ। ਮੈਂ ਕੀ ਕਰ ਰਹੀ ਹਾਂ? ਅਰੇ ਮੰਮੀ ਇਰੀਟੇਟ ਮਤ ਕਰੋ, ਇਹ ਪਾਸਵਰਡ ਹੈ ਯਾਰ। ਪਾਸਵਰਡ ਹੈਗਾ ਭੈਣ ਜੀ, ਇਹ ਤੇ ਬੱਚੇ ਹੈਗੇ ਨੇ, ਛੱਡੋ ਇਹ ਕੱਲਾ। ਭਾਊ ਮੰਮੀ ਕੈਪਸ ਮੇ ਹੈ ਨਾ? ਯੈ ਸ਼ਾਂਤੀ। ਹੋ ਮੈਂ ਸੱਚੀ ਦੱਸਾਂ ਭਰਾ ਜੀ, ਇਹ ਬਾਈਆਂ ਚਾਰ ਸੈਲਫੀਆਂ ਕਿਹੜੀ ਖਿੱਚ ਲੈਂਦੀਆਂ ਨੇ, ਆਪਣੇ ਆਪ ਨੂੰ ਸੈਲੀਬ੍ਰਿਟੀ ਸਮਝ ਲੈਂਦੀਆਂ ਨੇ। ਸਹੀ ਕਹਿ ਰਹੇ ਹੋ ਭੈਣ ਜੀ ਤੁਸੀਂ, ਖੈਰ ਛੱਡੋ ਇਹੋ ਜਿਹੀ ਗੱਲਾਂ ਨੂੰ, ਇੱਕ ਮਿੰਟ। ਸ਼ਾਂਤੀ ਉਹ ਕੀ ਕਹਿੰਦੇ ਨੇ, ਮੇਰੀ ਨਾ ਇਲਾਚੀ ਵਾਲੀ ਚਾਹ ਬਣਾਈ, ਠੀਕ ਹੈ? ਸ਼ਾਂਤੀ
ਹੁਣ ਤੈਨੂੰ ਸ਼ਾਂਤੀ ਮਿਲ ਗਈ, ਪਾਸਵਰਡ ਮਿਲ ਗਿਆ, ਹੁਣ ਜਾ ਜਾ ਕੇ ਅਦਰਕ ਵਾਲੀ ਚਾਹ ਬਣਾ ਦੇ, ਨਾਲੇ ਦੁੱਧ ਜ਼ਰੂਰ ਪਾਈ, ਇੱਦਾਂ ਕੁਛ ਪਤਾ ਨਹੀਂ ਹੁੰਦਾ। ਅਤੇ ਜੇ ਕੜੀ ਪੱਤਾ ਪਾਇਆ ਨਾ, ਮੈਂ ਤੇਰੀ ਟੰਗਾਂ ਤੋੜ ਦਾਂਗੀ। ਹੋ